ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਅੱਜ 24 ਦਸੰਬਰ ਹੈ ਅਤੇ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਲਈ, ਜਿੱਥੇ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨਾਲ ਸ਼ਾਮਲ ਹੋਏ ਵਿਧਾਇਕ ਜੈ ਕਿਸ਼ਨ ਰੋੜੀ ਇੱਕ ਵਾਰ ਫਿਰ ਤੋਂ ਘਰ ਵਾਪਸੀ ਕਰ ਚੁੱਕੇ ਨੇ। ਕੇਜਰੀਵਾਲ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਜਸਟਿਸ ਜੋਰਾ ਸਿੰਘ, ਜੋ ਕਿ ਕਮਿਸ਼ਨ ਬਣਾਇਆ ਗਿਆ ਸੀ ਅਕਾਲੀ ਭਾਜਪਾ ਸਰਕਾਰ ਵੇਲੇ ਬੇਅਦਬੀ ਦੀ ਜਾਂਚ ਕਰਨ ਦੇ ਲਈ, ਉਹ ਵੀ ਜਸਟਿਸ ਜੋਰਾ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਭਗਵੰਤ ਮਾਨ ਅਤੇ ਹਰਪਾਲ ਚੀਮਾ ਹੋਰਾਂ ਨੇ ਉਹਨਾਂ ਦੀ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਵਾਈ ਹੈ। ਇਸ ਉੱਤੇ ਇਸ ਦੇ ਕੀ ਸਿਆਸੀ ਸਮੀਕਰਨ ਰਹਿਣਗੇ, ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਉੱਤੇ ਇਸ ਦਾ ਕੀ ਅਸਰ ਪੈ ਸਕਦਾ, ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੁੜ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਰਹੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਨੂੰ ਲੈ ਕੇ ਕਿ ਜੈ ਕਿਸ਼ਨ ਰੋੜੀ ਨੇ ਘਰ ਵਾਪਸੀ ਕੀਤੀ ਹੈ ਅਤੇ ਜ਼ੋਰਾ ਸਿੰਘ ਅਕਾਲੀ ਦਲ ਦੇ ਖਿਲਾਫ਼ ਇੱਕ ਵੱਡਾ ਹਥਿਆਰ ਹੋਵੇਗਾ। ਜੀ ਪਰਮਿੰਦਰ, ਕਿਵੇਂ ਲੱਗਦਾ ਹੈ ਕਿ ਤੁਹਾਨੂੰ ਇਹ ਅਕਾਲੀ ਦਲ ਦੇ ਖਿਲਾਫ਼ ਇੱਕ ਹਥਿਆਰ ਯੂਜ਼ ਕਰਨਗੇ ਅਤੇ ਦੂਜੇ ਪਾਸੇ ਜੈ ਕਿਸ਼ਨ ਰੋੜੀ ਨੇ ਜਿਸ ਤਰੀਕੇ ਦੇ ਨਾਲ ਗੈਰਤਬੰਦੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਅਤੇ ਉਹ ਵਾਪਸੀ ਆਮ ਆਦਮੀ ਪਾਰਟੀ ਦੇ ਵਿੱਚ ਹੀ ਫੇਰ ਕਰ ਚੁੱਕੇ ਨੇ, ਖਹਿਰਾ ਧੜੇ ਨੂੰ ਬਾਏ ਬਾਏ ਕਰ ਦਿੱਤਾ? ਦੇਖੋ, ਜਿੱਥੇ ਸਿਆਸਤ ਦੀ ਗੇਮ ਖੇਡੀ ਜਾਂਦੀ ਆ ਉਹਦੇ ਵਿੱਚ ਜੋੜ ਤੋੜ ਦੀ ਰਾਜਨੀਤੀ ਤਾਂ ਚੱਲਦੀ ਰਹਿੰਦੀ ਹੈ। ਜਿਉਂ ਜਿਉਂ ਇਲੈਕਸ਼ਨ ਨੇੜੇ ਆ ਰਹੀਆਂ ਨੇ, ਹਰ ਇੱਕ ਪਾਰਟੀ ਚਾਹੁੰਦੀ ਹੈ ਕਿ ਜਿਹੜਾ ਉਹਦਾ ਧੜਾ ਵੱਡਾ ਹੁੰਦਾ ਜਾਵੇ, ਔਰ ਉਹਦੇ ਵਿੱਚ ਇਸ ਤਰ੍ਹਾਂ ਦੇ ਦਿੱਗਜ ਜਿਹੜੇ ਹੈਗੇ ਨੇ ਉਹ ਘਰ ਉਹਨਾਂ ਦੀ ਘਰ ਵਾਪਸੀ ਜਾਂ ਉਹਨਾਂ ਨੂੰ ਜੋੜਿਆ ਜਾਵੇ ਨਵਿਆਂ ਨੂੰ, ਜਿਨ੍ਹਾਂ ਨਾਲ ਉਹਨਾਂ ਦੀ ਪਾਰਟੀ ਨੂੰ ਬਲ ਮਿਲੇ ਜਾਂ ਜਿਨ੍ਹਾਂ ਨਾਲ ਉਹਨਾਂ ਦੀ ਪਾਰਟੀ ਜਿਹੜੀ ਹੈ ਸਟਰੋਂਗ ਹੋਵੇ ਅਤੇ ਚੋਣਾਂ ਦੇ ਵਿੱਚ ਉਹਨਾਂ ਨੂੰ ਵੱਧ ਵੋਟਾਂ ਲੈ ਕੇ ਜਿੱਤ ਹਾਸਲ ਹੁੰਦੀ ਹੋਵੇ। ਸੋ ਜੇ ਘਰ ਵਾਪਸੀ ਦੀ ਗੱਲ ਕਰਦੇ ਆ ਤਾਂ ਜਿਹੜੀਆਂ ਗੱਲਾਂ ਪਹਿਲਾਂ ਜਿਨ੍ਹਾਂ ਕਰਕੇ ਇਹਨਾਂ ਨੇ ਪਾਰਟੀ ਤੋਂ ਬੇਮੁੱਖ ਹੋਏ ਸੀ ਜਾਂ ਪਾਰਟੀ ਤੋਂ ਮੂੰਹ ਮੋੜਿਆ ਸੀ, ਜਾਂ ਤਾਂ ਉਹ ਗੱਲਾਂ ਹੁਣ ਇਹਨਾਂ ਨੂੰ ਪੂਰੀਆਂ ਹੁੰਦੀਆਂ ਲੱਗਦੀਆਂ ਨੇ, ਆਮ ਆਦਮੀ ਪਾਰਟੀ 'ਚ ਦੁਬਾਰਾ ਘਰ ਆਏ ਨੇ, ਵਾਪਸੀ ਹੋਈ ਆ, ਅਤੇ ਜਾਂ ਫਿਰ ਕੋਈ ਸਮਝੌਤਾ ਹੋ ਚੁੱਕਿਆ ਹੋਊਗਾ। ਦੂਜੀ ਗੱਲ ਹੈਗੀ ਹੈ ਜੇ ਕੇਜਰੀਵਾਲ ਇੱਕ ਬੜਾ ਸਿਆਸਤਦਾਨ ਜਿਹੜਾ ਹੈਗਾ ਸਮਝਿਆ ਜਾ ਰਿਹਾ ਅੱਜ ਦੀ ਰਾਜਨੀਤੀ ਦੇ ਵਿੱਚ, ਜਿੱਦਾਂ ਪਹਿਲਾਂ ਵੀ ਗੇਮ ਖੇਡੀ ਹੈ ਉਹਨਾਂ ਨੇ ਸਿਆਸਤ ਵਿੱਚ ਆਈ ਆ, ਇੱਕਦਮ ਆ ਕੇ ਉਹਨਾਂ ਨੇ ਤਹਿਲਕਾ ਮਚਾਇਆ ਸੀਗਾ। ਹੁਣ ਇਹ ਵੀ ਗੱਲ ਹੈਗੀ ਹੈ ਕਿ ਜਦੋਂ ਉਹਨਾਂ ਨੂੰ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਕੁਛ ਨਾ ਕੁਛ ਅਜੇ ਕਰਨਾ ਹੈ, ਤਾਂ ਜਿਹੜੇ ਬਾਗੀ ਧੜੇ ਨੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਰਾਜਨੀਤੀ ਜ਼ਰੂਰ ਅਪਣਾਉਣੀ ਪਈ। ਸੋ ਕੋਈ ਲਾਲਚ ਵੀ ਹੋ ਸਕਦਾ, ਕੋਈ ਸਮਝੌਤਾ ਵੀ ਹੋ ਸਕਦਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੇਵਲ ਰੋੜੀ ਦੀ ਗੱਲ ਨਹੀਂ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਜਿਹੜੇ ਬਾਗੀ ਨੇ ਉਹਨਾਂ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰੀ ਜਾਊਗੀ, ਔਰ ਸੁਖਪਾਲ ਜਿਹੜਾ ਖਹਿਰਾ ਦਾ ਧੜਾ ਹੈਗਾ ਉਹਨੂੰ ਅਕਾਲੀ ਦਲ ਨੂੰ ਔਰ ਕਾਂਗਰਸ ਨੂੰ ਟੱਕਰ ਦੇਣ ਦੀ ਜਿਹੜੀ ਹੈਗੀ ਹੈ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਪਰਮਿੰਦਰ, ਕਿਵੇਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਨਸਾਫ ਮਾਰਚ ਸ਼ੁਰੂ ਕੀਤਾ ਸੀ ਖਹਿਰਾ ਧੜੇ ਨੇ, ਉਹ ਇੱਕ ਤਰੀਕੇ ਦੇ ਨਾਲ ਇਹਨਾਂ ਨੇ ਉਸ ਤੋਂ ਬਾਅਦ 'ਚੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਇੱਕ ਵੱਡਾ ਗੱਠਜੋੜ ਖੜਾ ਕਰ ਦਿੱਤਾ, ਹੁਣ ਇਹ ਕਹਿ ਰਹੇ ਨੇ ਕਿ ਨਵੇਂ ਸਾਲ 'ਚ ਪਾਰਟੀ ਖੜੀ ਕਰਾਂਗੇ ਅਤੇ ਉਸ ਤੋਂ ਪਹਿਲਾਂ ਇੱਕ ਵੱਡਾ ਝਟਕਾ ਦੇ ਦਿੱਤਾ ਜੈ ਕਿਸ਼ਨ ਰੋੜੀ ਨੇ? ਹਾਂ, ਵੱਡਾ ਝਟਕਾ ਤਾਂ ਮੰਨਿਆ ਜਾ ਰਿਹਾ ਸੁਖਵਿੰਦਰ, ਜਿਵੇਂ ਆਪਾਂ ਕਹੀਏ ਕਿ ਜਦੋਂ ਇੱਕ ਧੜਾ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਹਦੇ ਵਿੱਚੋਂ ਇੱਕ ਪਿੱਲਰ ਹਿਲਾਉਣਾ ਜਾਂ ਕਹਿ ਲਓ ਪਿੱਲਰ ਤਾਂ ਵੱਡੀ ਗੱਲ ਕਹਿ ਦਿੱਤੀ, ਮੈਂ ਇੱਕ ਤੀਲਾ ਵੀ ਹਿਲਾਉਣਾ ਜਿਹੜਾ ਹੈਗਾ ਉਹ ਬਹੁਤ ਵੱਡਾ ਝਟਕਾ। ਹਾਲੇ ਧੜਾ ਉੱਭਰ ਕੇ ਸਾਹਮਣੇ ਆ ਰਿਹਾ, ਕੋਈ ਪਾਰਟੀ ਦਾ ਐਲਾਨ ਨਹੀਂ ਹੋਇਆ, ਕੋਈ ਗੱਠਜੋੜ ਨਹੀਂ ਹੋਇਆ, ਅਤੇ ਹਾਲੇ ਤਾਂ ਐਂ ਕਹਿ ਲਓ ਵੀ ਖਹਿਰਾ ਵੱਲੋਂ ਇਹ ਡਿਸਾਈਡ ਵੀ ਨਹੀਂ ਕੀਤਾ ਗਿਆ ਕਿ ਕਿਹੜੇ ਕਿਹੜੇ ਬੰਦੇ ਉਹਨਾਂ ਦੇ ਨਾਲ ਚੱਲਣਗੇ, ਉਹ ਪਹਿਲਾਂ ਹੀ ਇੱਕ ਬੰਦਾ ਉਹਨਾਂ ਤੋਂ ਕੁਛ ਖਾ ਲੈਣਾ ਤਾਂ ਬਾਕੀਆਂ ਦੇ ਮਨਾਂ ਦੇ ਵਿੱਚ ਕਹਿ ਲਓ ਡਰ ਭੈ ਜਾਂ ਇਸ ਪ੍ਰਤੀ ਜਿਹੜਾ ਖਦਸਾ ਜ਼ਾਹਿਰ ਕਰਨਾ ਜਿਹੜਾ ਉਹ ਜ਼ਰੂਰੀ ਹੋ ਜਾਂਦਾ, ਉਹਨਾਂ ਦੇ ਮਾਇੰਡ ਵਿੱਚ ਇਸ ਤਰ੍ਹਾਂ ਦੀ ਗੱਲ ਆਉਣੀ ਜ਼ਰੂਰੀ ਹੈ, ਲਾਜ਼ਮੀ ਹੈ ਕਿ ਕੀ ਪਤਾ ਸਾਰੇ ਇਕੱਠੇ ਹੋਣ ਜਾਂ ਨਾ ਹੋਣ, ਕੀ ਪਤਾ ਹੌਲੀ ਹੌਲੀ ਖਿਸਕਦੇ ਸਾਰੇ ਖਿਸਕ ਜਾਣ। ਸੋ ਇਹ ਵੱਡਾ ਝਟਕਾ ਕਿਹਾ ਜਾ ਸਕਦਾ ਇਹਨੂੰ। ਇਹ ਪਹਿਲਾਂ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਗੈਰਤਮੰਦੀ ਨੂੰ ਲੈ ਕੇ ਗੈਰਤਮੰਦ ਸਾਡੇ ਨਾਲ ਜੁੜ ਰਹੇ ਨੇ, ਅਤੇ ਹੁਣ ਉਸ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ ਕਿ ਹੁਣ ਇਹ ਕੀ ਚੀਜ਼ ਆ? ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਜਿਹੜੀ ਅਗਰ ਜੇ ਤਾਂ ਕਿਸੇ ਮੰਗਾਂ ਨੂੰ ਲੈ ਕੇ ਧੜਾ ਛੱਡਿਆ ਸੀ, ਆਮ ਆਦਮੀ ਪਾਰਟੀ ਛੱਡੀ ਸੀ, ਜਾਂ ਤਾਂ ਉਹਨਾਂ ਨੂੰ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ, ਅਤੇ ਜਾਂ ਫਿਰ ਸਮਝੌਤਾ ਹੈ ਕੋਈ, ਇਹ ਤਾਂ ਗੱਲ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿਸ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਇਹ। ਅਤੇ ਜਸਟਿਸ ਜੋਰਾ ਸਿੰਘ ਨੂੰ ਲੈ ਕੇ ਕਿਵੇਂ ਲੈਂਦੇ ਹੋ? ਜਸਟਿਸ ਜੋਰਾ ਸਿੰਘ ਦਾ ਜਿਹੜਾ ਹੈਗਾ, ਜਿਹੜਾ ਉਹਨਾਂ ਦਾ ਆਪਣਾ ਵਿਊ ਹੈਗਾ ਕਿਸ ਮਕਸਦ ਨੂੰ ਲੈ ਕੇ, ਕਿਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕਰਨੀ ਵਾਜਿਬ ਸਮਝੀ ਹੈ, ਬਕਾਇਦਾ ਤੌਰ 'ਤੇ ਮੇਰੇ ਖਿਆਲ ਕੋਈ ਪ੍ਰੈਸ ਕਾਨਫਰੰਸ ਵਗੈਰਾ ਹੋ ਰਹੀ ਹੈ ਉਹਨਾਂ ਦੀ, ਉਹ ਦੱਸ ਰਹੇ ਨੇ ਉਹਦੇ ਵਿੱਚ, ਬਟ ਇਹਦੇ ਨਾਲ ਜਿਹੜੀ ਹੈਗੀ ਹੈ ਕਾਂਗਰਸ ਔਰ ਅਕਾਲੀ ਦਲ ਨੂੰ ਜਿਹੜਾ ਹੈਗਾ ਬਹੁਤ ਵੱਡਾ ਝਟਕਾ ਲੱਗੂਗਾ ਇਸ ਗੱਲ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਅਸੀਂ ਲੈ ਚੱਲਦੇ ਤੁਹਾਨੂੰ ਦਿੱਲੀ ਦੇ ਵੱਲ, ਜਿੱਥੇ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਨਾਲ ਭਗਵੰਤ ਮਾਨ, ਹਰਪਾਲ ਚੀਮਾ ਹੋਣੀ, ਜਸਟਿਸ ਜੋਰਾ ਸਿੰਘ ਅਤੇ ਉਹਨਾਂ ਦੇ ਨਾਲ ਹੀ ਜੈ ਕਿਸ਼ਨ ਰੋੜੀ ਜਿਹੜੇ ਗੜ੍ਹਸ਼ੰਕਰ ਤੋਂ ਵਿਧਾਇਕ ਨੇ, ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ, ਸਾਡੇ ਕਾਫਲੇ ਨੂੰ ਅੱਜ ਬਲ ਮਿਲਿਆ। ਜਦੋਂ ਰਿਟਾਇਰਡ ਜਸਟਿਸ ਜੋਰਾ ਸਿੰਘ ਜੀ
उन्होंने पार्टी ज्वाइन की है आम आदमी पार्टी। जस जोरा सिंह किसी जानकारी दे मोहताज नहीं, बहुत सारे 35 साल की उन्होंने सर्विस है तो जुडिशरी की और बेदाग सर्विस है उन्होंने, तो लाइमलाइट आम आम लोगों तक उन्होंने पहुँच जी उदों हुई जदों बरगाड़ी जिहड़ा श्री गुरु ग्रंथ साहब जी का बेअदबी कांड होया तां प्रकाश सिंह बादल होरां दी सरकार ने जस जोरा सिंह कमीशन बना के उहदी जांच का जिम्मा दिता, तो उन्होंने बड़ी निरपक्ष और बिल्कुल ग्राउंड लैवल पर जाके जीरो ग्राउंड पर जाके उन्होंने कली कली कला कला पॉइंट नोट करके उन्होंने रिपोर्ट तैयार की, पर बदकिस्मती नाल उस रिपोर्ट नू नहीं सीरीयस लिया गया सरकार वालों, क्योंकि उन्होंने पता सीगा कि रिपोर्ट जिहड़ी है इहदे इशारे जिहड़े ने शायद उन्हां वाली सीगे। सो इस करके जस्टिस जोरा सिंह जी ने अपनी रिपोर्ट तैयार करके अपना फर्ज निभाया। उस तो बाद भी जी जस्टिस रणजीत सिंह जी की जी रिपोर्ट आई है ऑलमोस्ट उही पॉइंट उन्होंने पिक किए हैं। सो अज आम आदमी पार्टी के काफिले नूं बल मिलिया, मेरे नाल जस्टिस जोरा सिंह जी और दिल्ली के मुख्यमंत्री अरविंद केजरीवाल जी ने। मैं जोरा सिंह जी को जस्टिस कहूँगा कि प्लीज़ की वो सोचते हैं किस तरह। मैं सब तो पहला मानसा सी एम साहब का भी बहुत धन्यवादी है, क्योंकि अज इन्हों की हारी में मैं आम आदमी पार्टी ज्वाइन कर रहा। ये मैं 35 ईयर मैं जज रहा है। ये पार्टी क्यों ज्वाइन की है इस बारे मैं थोड़ा जहा कहना चाहना गया। आम आदमी पार्टी ही एक पार्टी है जिड़ी कि पब्लिक की सेवा कर सकती है। अजक के पोलीटल सुनियरों से मैं लगे भी एक यही पार्टी है जी कि बेस्ट ने की सर्विस दे सकती है, और मैं अपनी रिमेनिंग जी लाइफ है पब्लिक वास्ते पब्लिक की सेवा वास्ते डिवोट करने वास्ते मैं ये पार्टी ज्वाइन किया। पार्टी का जो दिल्ली का है सब पहला महला क्लीनिक जेडे इन्होंने शुरू किए गए वो हर एक पास बड़ी तारीफ हो रही है। फ्री लोगों सर्विस, फ्री टेस्ट, मेडिसिन फ्री। सत श्री अकाल दोस्तो, अज आम आदमी पार्टी के परिवार के वाधा होया, साडे काफले नूं अज बल मिलिया। जदों रिटायर्ड जस्टिस जोरा सिंह जी उन्होंने पार्टी ज्वाइन की है आम आदमी पार्टी, जस्टिस जोरा सिंह किसी जानकारी दे मोहताज नहीं, बहुत सारे 35 साल की उन्होंने सर्विस है तो जुडिशरी की और बेदाग सर्विस है उन्होंने, तो लाइमलाइट आम आम लोगों तक उन्होंने पहुँच जी उदों हुई जदों बरगाड़ी जिहड़ा श्री गुरु ग्रंथ साहब जी का बेअदबी कांड होया तां प्रकाश सिंह बादल होरां दी सरकार ने जस जोरा सिंह कमीशन बना के उहदी जांच का जिम्मा दिता, तो उन्होंने बड़ी निरपक्ष और बिल्कुल ग्राउंड लैवल पर जाके जीरो ग्राउंड पर जाके उन्होंने कली कली कला कला पॉइंट नोट करके उन्होंने रिपोर्ट तैयार की, पर बदकिस्मती नाल उस रिपोर्ट नूं नहीं सीरीयस लिया गया सरकार वालों, क्योंकि उन्होंने पता सीगा कि रिपोर्ट जिहड़ी है इहदे इशारे जिहड़े ने शायद उन्हां वाली सीगे। सो इस करके जस्टिस जोरा सिंह जी ने अपनी रिपोर्ट तैयार करके अपना फर्ज निभाया। उस तो बाद भी जी जस्टिस रणजीत सिंह जी की जी रिपोर्ट आई है ऑलमोस्ट उही पॉइंट उन्होंने पिक किए हैं। सो अज आम आदमी पार्टी के काफले नूं बल मिलिया, मेरे नाल जस्टिस जोरा सिंह जी और दिल्ली के मुख्यमंत्री अरविंद केजरीवाल जी ने। मैं जोरा सिंह जी को जस्टिस कहूँगा कि प्लीज़ की वो सोचते हैं किस तरह। मैं सब तो पहला मानसा का धन्यवादी, सी एम साहब का भी बहुत धन्यवादी है, क्योंकि अज इन्हों की हारी में मैं आम आदमी पार्टी ज्वाइन कर रहा। ये मैं 35 ईयर मैं जज रहा है। ये पार्टी क्यों ज्वाइन की है इस बारे मैं थोड़ा जहा कहना चाहना गया। आम आदमी पार्टी ही एक पार्टी है जिड़ी कि पब्लिक की सेवा कर सकती है। अजक के पोलीटल सुनियरों से मैं लगे भी एक यही पार्टी है जिड़ी कि बेस्ट ने की सर्विस दे सकती है, और मैं अपनी रिमेनिंग जी लाइफ है पब्लिक वास्ते पब्लिक की सेवा वास्ते डिवोट करने वास्ते मैं ये पार्टी ज्वाइन किया। पार्टी का जो दिल्ली का है सब पहला महला क्लीनिक जेडे इन्होंने शुरू किए गए वो हर एक पास बड़ी तारीफ हो रही है। फ्री लोगों सर्विस, फ्री टेस्ट, मेडिसिन फ्री।
सो ये सन गढ़शंकर तो विधायक जय किशन रोड़ी जेडे पहला आम आदमी पार्टी के विधायक ने ते उस तो पहला वो खैरा तड़े दे विच शामिल हो गए सीगे। कुछ शर्तां रखियां सीगे खैरा तड़े विच शामिल होण दीआं कि जेकर वो नवीं पार्टी नहीं बनाउणगे तां मैं उन्हां दे नाल रहांगा। तो हुण सुखपाल खैरा ने भी ऐलान कर दिता है कि वह नवे साल दे विच नवीं पार्टी लैके आ रहे हैं। पंजाब डेमोक्रेटिक अलायंस भी चल रहा उन्हां दा, तो हो सकता है कि खैरा अगले समय दे विच अपनी MLA-शिप तो अस्तीफा दे देण। पर हुण जिस तरीके दे नाल जय किशन रोड़ी ने एक वड्डा झटका दिता उस नूं लैके मन्निया जा रहा है कि शायद हो सकता है कि आने वाले समय के जिहड़े खैरा धड़े के विधायक ने उन्हां दे विच वी शायद कितें ना कितें इस नूं लैके कोई नवीं गल सामने आ सकती है कि शायद वह भी केजरीवाल के धड़े में शामिल हो जाण। ये हो सकता है, तो उन्हां दा इस बारे की रुख रहेगा उस उत्ते भी असीं तुहानूं लगातार जानकारी देंदे रहांगे। तो ये वड्डी खबर है कि जस्टिस जोरा सिंह जिहड़े कि अकाली दल के खिलाफ एक वड्डा हथियार मन्निया जा रहा है कि आम आदमी पार्टी उस नूं यूज़ करेगी, तो उस नूं लैके पंजाब दी सियासत नूं इह लोक सभा चोणां दे विच पूरी तरह दे नाल पखाउणगे। अते दूजे पासे जय किशन रोड़ी जिहड़े खैरा धड़े नूं छड़ चुके ने उहनां नूं भी खैरा धड़े दे खिलाफ वरत्या जाएगा। D5 चैनल पंजाबी पटियाला।